ਨਾਟਕਾ ਤੋਂ ਪਹੁੰਚਿਆ ਸਿੱਧੂ ਮੂਸੇਵਾਲੇ ਦਾ ਇਹ ਪੱਕਾ ਫੈਨ ਤੇ ਕਹਿੰਦਾ ਕਿ ਜਾਤਾਂ ਪਾਤਾਂ 'ਚ ਕੁਝ ਨਹੀਂ ਰੱਖਿਆ ਸਾਡਾ ਸੀ ਭਾਈ ਸਿੱਧੂ ਮੂਸੇਵਾਲਾ ਸਿੱਧੂ ਮੂਸੇਵਾਲੇ ਦੇ ਫੈਨ ਪਰੇ ਤੋਂ ਪਰੇ ਨੇ ਤੇ ਜਾਤਾਂ ਪਾਤਾਂ ਤੋਂ ਉੱਠ ਕੇ ਲੋਕ ਜਿਹੜੇ ਉਸਦੇ ਨਾਲ ਜੁੜੇ ਹੋਏ ਨੇ ਅੱਜ ਇਸੇ ਤਰ੍ਹਾਂ ਹਵੇਲੀ ਦੇ ਵਿੱਚ ਕਰਨਾਟਕਾਂ ਤੋਂ ਪਹੁੰਚਿਆ ਇਹ ਫੈਨ ਜਿਸ ਦਾ ਨਾਂ ਅਵਰਾਰ ਖਾਨ ਹੈ ਤੇ ਇਸ ਦਾ ਕਹਿਣਾ ਸੀ ਕਿ ਸਿੱਧੂ ਮੂਸੇਵਾਲਾ ਦੇ ਗੀਤ ਸਾਡੇ ਦਿਲ ਨੂੰ ਛੂੰਦੇ ਨੇ ਤੇ ਅੱਜ ਵੀ ਸਾਡੇ ਦਿਲਾਂ ਦੇ ਵਿੱਚ ਜਿਉਂਦਾ ਹੈ ਸਿੱਧੂ ਮੂਸੇਵਾਲਾ ਪਹਿਲਾਂ ਤਾਂ ਜਲਦੀ ਜਲਦੀ ਵੀਡੀਓ ਦੋਸਤੋ ਸ਼ੇਅਰ ਕਰ ਦਿਓ ਵੱਧ ਤੋਂ ਵੱਧ ਲਾਈਕ ਕਰਕੇ ਕਮੈਂਟਾਂ ਦੇ ਵਿੱਚ ਹੈਸ਼ਟੈਗ ਜਸਟਿਸ ਫਾਰ ਸਿੱਧੂ ਮੂਸੇਵਾਲਾ ਲਿਖਣਾ ਨਾ ਭੁੱਲਿਓ ਕਿਉਂਕਿ ਸਿੱਧੂ ਮੂਸੇਵਾਲੇ ਦੇ ਫ ਤੇ ਕੋਈ ਗੱਲ ਬਾਰ ਬਾਰ ਕਹਿੰਦੇ ਨੇ ਕਿ ਸਾਡਾ ਭਰਾ ਸੀ ਤੇ ਅੱਜ ਅਸੀਂ ਆਪਣੇ ਭਰਾ ਦੀ ਹਵੇਲੀ ਆਇਆ ਸਿੱਧੂ ਮੂਸੇਵਾਲਾ ਅਕਸਰ ਸਟੇਜ ਤੋਂ ਇੱਕੋ ਗੱਲ ਕਹਿੰਦਾ ਹੁੰਦਾ ਸੀ ਕਿ ਜਿਹੜੇ ਫੈਨ ਮੇਰੇ ਹਵੇਲੀ ਦੇ ਅੱਗੇ ਆਉਂਦੇ ਨੇ ਉਹ ਇਹ ਗੱਲ ਕਹਿ ਕੇ ਆਉਂਦੇ ਨੇ ਕਿ ਸਾਡੇ ਭਰਾ ਦੀ ਹਵੇਲੀ ਹੈ ਤਾਂ ਜਿਹਾ ਹੀ ਫੈਨ ਸਾਨੂੰ ਵੀ ਲੱਭ ਗਿਆ ਜਿਹੜਾ ਸਿੱਧੂ ਮੂਸੇਵਾਲਾ ਦੀ ਹਵੇਲੀ ਆ ਕੇ ਕਹਿੰਦਾ ਕਿ ਸਾਡੀ ਹਵੇਲੀ ਹੈ ਸਾਡੇ ਭਰਾ ਦੀ ਹਵੇਲੀ ਹੈ ਇਹ ਫੈਨ ਟਟੜ ਫੈਨ ਨਿਕਲਿਆ ਇਸ ਦਾ ਕਹਿਣਾ ਸੀ ਕਿ ਸਿੱਧੂ ਮੂਸੇਵਾਲੇ ਨੂੰ ਬਹੁਤ ਗਲਤ ਤਰੀਕੇ ਦੇ ਨਾਲ ਲੋਕਾਂ ਨੇ ਰਿਪਰੈਜ਼ੈਂਟ ਕੀਤਾ ਪਰ ਸਿੱਧੂ ਮੂਸੇਵਾਲੇ ਦਾ ਸਾਰਿਆਂ ਦਾ ਭਰਾ ਸੀ ਤੇ ਉਸ ਨੂੰ ਜਾਤਾਂ ਪਾਤਾਂ ਤੇ ਧਰਮਾਂ ਦਾ ਕੋਈ ਚੱਕਰ ਨਹੀਂ ਸੀ ਅੱਜ ਸਿੱਧੂ ਮੂਸੇਵਾਲੇ ਦੇ ਸਭ ਫੈਨ ਨੇ ਬਹੁਤ ਸਾਰੇ ਖੁਲਾਸੇ ਵੀ ਕੀਤੇ ਉਹ ਵੀ ਤੁਸੀਂ ਸੁਣ ਕੇ ਹੈਰਾਨ ਹੋਵੋਗੇ ਕਿ ਇਸ ਫੈਨ ਦੇ ਦਿਲ ਦੇ ਵਿੱਚ ਸਿੱਧੂ ਦੇ ਲਈ ਕਿੰਨਾ ਦਰਦ ਹੈ ਜੋ ਇਸ ਨੇ ਆਪਣੀਆਂ ਗੱਲਾਂ ਦੇ ਜ਼ਰੀਏ ਬਿਆਨ ਕੀਤਾ ਸਿੱਧੂ ਮੂਸੇਵਾਲੇ ਨੂੰ ਚਾਉਣ ਵਾਲੇ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਕਿਹੜੇ ਕਿਹੜੇ ਫੈਨ ਸਿੱਧੂ ਮੂਸੇਵਾਲੇ ਦੇ ਪਾਕਿਸਤਾਨ 'ਚ ਰਹਿੰਦੇ ਨੇ #justsidhumusewala ਲੈ ਕੇ ਵੀਡੀਓ ਨੂੰ ਵੱਤ ਵੱਦ ਸ਼ੇਅਰ ਕਰ ਦਿਓ ਤੇ ਸਿੱਧੂ ਮੂਸੇਵਾਲੇ ਦੀ ਫੈਨ ਫਾਲੋਇੰਗ ਦਾ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਲੋਕ ਕਹਿੰਦੇ ਸੀ ਕਿ ਸਿੱਧੂ ਮੂਸੇਵਾਲਾ ਇੱਕ ਧਰਮ ਦੀ ਗੱਲ ਕਰਦਾ ਉਸ ਨੂੰ ਗਲਤ ਦੱਸਣ ਵਾਲੇ ਅੱਜ ਇਹ ਵੀਡੀਓ ਦੇਖ ਕੇ ਉਹਨਾਂ ਦੇ ਕਈਆਂ ਦੇ ਚਪੇੜਾਂ ਵੀ ਵੱਜਣਗੀਆਂ ਕਿਉਂਕਿ ਸਿੱਧੂ ਮੂਸੇਵਾਲੇ ਨੂੰ ਹਰ ਇੱਕ ਧਰਮ ਦਾ ਵਿਅਕਤੀ ਪਿਆਰ ਕਰਦਾ ਜਿਨ੍ਹਾਂ ਦੇ ਦਿਲਾਂ ਦੇ ਵਿੱਚ ਸਿੱਧੂ ਮੂਸੇਵਾਲੇ ਦੇ ਜਿਹੜੀਆਂ ਗੱਲਾਂ ਨੇ ਅੱਜ ਵੀ ਯਾਦ ਨੇ ਤੇ ਸਿੱਧੂ ਮੂਸੇਵਾਲਾ ਉਹਨਾਂ ਦੇ ਦਿਲਾਂ ਤੇ ਰਾਜ ਕਰਦਾ ਹੈ ਇਹ ਅਬਰਾਰ ਖਾਨ ਕਰਨਾਟਕਾ ਤੋਂ ਸਪੈਸ਼ਲ ਸਿੱਧੂ ਮੂਸੇਵਾਲੇ ਦੀ ਹਵੇਲੀ ਆਇਆ ਹੈ ਕੀ ਕੁਝ ਕਿਹਾ ਇਸ ਨੌਜਵਾਨ ਨੇ ਉਹ ਵੀ ਤੁਹਾਨੂੰ ਦੱਸ ਦਿਆਂ ਇਹ ਨੌਜਵਾਨ ਸਪੈਸ਼ਲ ਸਿੱਧੂ ਮੂਸੇਵਾਲੇ ਦੀ ਹਵੇਲੀ ਆਏ ਨੇ ਇਹਨਾਂ ਦਾ ਕਹਿਣਾ ਸੀ ਕਿ ਸਿੱਧੂ ਮੂਸੇਵਾਲਾ ਸਾਡਾ ਭਰਾ ਤੇ ਇਹਨਾਂ ਨੇ ਕੀ ਕੁਝ ਕਿਹਾ ਇੰਨਾ ਗੱਲਾਂ ਨੂੰ ਸੁਣ ਕੇ ਰੋਂਟੇ ਵੀ ਖੜੇ ਹੁੰਦੇ ਨੇ ਕਿ ਸਿੱਧੂ ਨੇ ਕਿੰਨਾ ਕਿੰਨਾ ਲੋਕਾਂ ਦੇ ਦਿਲਾਂ ਤੇ ਰਾਜ ਕੀਤਾ ਹੋਇਆ ਤੇ ਅੱਜ ਵੀ ਵਸਦਾ ਸਿੱਧੂ ਮੂਸੇਵਾਲਾ ਇਹਨਾਂ ਲੋਕਾਂ ਦੇ ਦਿਲਾਂ ਦੇ ਵਿੱਚ ਤੇ ਇਹਨਾਂ ਦਾ ਕੀ ਕੁਝ ਕਹਿਣਾ ਜੋ ਕਰਨਾਟਕਾ ਤੋਂ ਇਹ ਫੈਨ ਪਹੁੰਚੇ ਨੇ ਉਹ ਸੁਣ ਕੇ ਵੀਡੀਓ ਨੂੰ ਵੱਧ ਤੋਂ ਵੱਧ ਕਰ ਦਿਓ ਸ਼ੇਅਰ ਤੇ ਸੁਣੋ ਕਿ ਕਰਨਾਟਕ ਸਾਇਆ ਹਮ ਕਰਨਾਟਕ ਹੁਬਲੀ ਸੇ हम जा रहे थे गोल्डन टेम्पल गुरुद्वारा उस हमने सोचा कि नज़दीक पड़ता है पहले सिद्धू भाई को मिलेंगे सिद्धू भाई के बड़े फ़ैन हैं हम तो सोचा मिल लेते हैं आज आने पे हमको मिल गए सर जी अच्छा लगा हमको बहुत खुशी हुई कितने साल मतलब फॉलो करते हैं वो तो, बहुत तो, साल तो, तो जब से फालू उनके फर्स्ट गाने थे ना तब से हम फॉलो करते हैं सिद्धू भाई को तो क्या क्वालिटीज अच्छी लगी सिद्धू भाई को हम सबसे पहला तो ये लगा उनके कम एज में उन्होंने बहुत स्ट्रगल करा और अल्लाह ने उनको बहुत कुछ दिया ये हमको इसकी बड़ी खुशी है इस एज पे जो स्टेज पे वो थे पर एक गम ये भी है कि वो जो उनके साथ हुआ है वो नहीं होना था वो वैसे इंसान की जरूरत है इस दुनिया में वो रहते तो और और ऊपर जाते और अल्लाह उनको तरक्की देता कुछ लोग धर्म के तरीके से देखते थे भी मतलब ऐसा वो, वो इंसान ही वैसे नहीं थे, नहीं, थे। नहीं थे ना सिद्धू भाई तो वैसे थे ही नहीं इसीलिए तो हम भी आए हम भी मुसलमान हैं हम इधर आए ना इतना दूर हम इतने दूर आए हमारा पूरा गाँव मेरा एक छोटा भाई है उस वो तो समझ लो ना उसकी फोटो लगाई उसने घर पे सिद्धू भाई की फोटो लगा रखी है अपने घर पे प्रॉपर okay. हम ऐसा किसी की फोटो लगाते नहीं वो तो उनके उतने बड़े फैन है इसीलिए उन्होंने फोटो लगा रखी है बस और कुछ नहीं हम